ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਇਹ ਵਿਅਕਤੀ ਕੋਈ ਆਮ ਬੰਦਾ ਨਹੀਂ ਸਗੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜਿਸ ਦੀ ਧੀ ਨਾਲ ਜੋ ਮਾੜਾ ਕਾਰਾ ਹੋਇਆ ਇਹ ਸਾਰਾ ਪੁਲਿਸ ਮਹਿਕਮਾ ਵੀ ਸੁਣ ਹੋ ਗਿਆ ਰਜੇਸ਼ ਮਸੀਹ ਸਾਨੂੰ ਫਰਵੰਸ ਮਸੀਹ ਉਹ ਡਬਲਯੂ ਐਸ ਟੀ ਫਾਈਲ ਕਰਨ ਵਾਲਾ ਮੈਂ ਥਾਣਾ ਸਦਰ ਡਿਊਟੀ ਕਰਦਾ ਪੀ ਐੱਚ ਜੀ ਦਾ ਮੁਲਾਜ਼ਮ ਅਤੇ ਮੈਂ ਗਿਆ ਰਾਤ ਨਾਈਟ ਡਿਊਟੀ ਸੀ ਮੇਰੀ ਮੈਨੂੰ ਘਰੋਂ ਫੋਨ ਆਇਆ ਵੀ ਲੜਕੀ ਨੂੰ ਥੋੜ੍ਹੀ ਉੱਪਰ ਛੱਡ ਲੱਗੀਆਂ ਅਤੇ ਤੁਸੀਂ ਆਪ ਦਵਾਈ ਲੈਣ ਆਈ ਮੈਂ 3 ਵਜੇ ਘਰ ਗਿਆ ਥਾਣਿਓਂ ਘਰ ਗਿਆ ਅਤੇ ਲੜਕੀ ਉੱਪਰ ਛੱਡ ਕਰ ਰਹੀ ਸੀ ਉੱਪਰ ਛੱਡ ਮੈਂ ਕਾਰ 'ਚ ਪਾਇਆ ਮੈਂ ਗੁਪਤੇ ਕੋਲ ਲਿਆਇਆ ਗੁਪਤੇ ਕੋਲ ਲਿਆਇਆ 28 ਤਰੀਕ ਨੂੰ ਆਪਣੇ ਇਹਨੇ ਦਵਾਈ ਦਵੂਈ ਦਿੱਤੀ ਉਹ ਲੜਕੀ ਠੀਕ ਰਹੀ ਸਾਰਾ ਦਿਨ ਬਿਲਕੁਲ ਸਹੀ ਅੱਛਾ 7 ਵਜੇ ਸ਼ਾਮੀ ਕੱਲ੍ਹ 7 ਵਜੇ ਫਿਰ ਗੇੜਾ ਮਾਰ ਗਿਆ ਠੀਕ ਸੀ ਲੜਕੀ ਬੋਲਦੀ ਚੱਲਦੀ ਸੀ ਨਾਸ਼ਤਾ ਨੁਸ਼ਤਾ ਕੀਤਾ ਸੇਬ ਖਾਧਾ ਆਪਣਾ ਕੀ ਉਹਦਾ ਜੂਸ ਜਾਸ ਪੀਤਾ ਇਹ 10:30 ਵਜੇ ਲੜਕੀ ਸੁੱਤੀ ਪੀਣੀ ਫਿਰ ਉਠਾ ਕੇ 10:30 ਵਜੇ ਆਇਆ ਦਾਰੂ ਪੀਤੀ ਗੁਪਤੇ ਦੀ ਠੀਕ ਹੈ ਜੀ 10:30 ਵਜੇ ਆਇਆ ਇਹਨੇ ਉਠਾਇਆ ਪਤਾ ਨਹੀਂ ਕਿੰਨੀਆਂ ਬੋਤਲਾਂ ਕਿੰਨੇ ਇੰਜੈਕਸ਼ਨ ਉਹ ਸਾਡੇ ਕੋਲ ਕਾਰ ਦੇ ਵਿੱਚ ਪਏ ਜਿਹੜੇ ਲਾਏ ਇੰਜੈਕਸ਼ਨ ਵਗੈਰਾ ਠੀਕ ਆ ਅਤੇ ਬਾਅਦ 'ਚ ਜੀ ਇਹਨੇ ਬੁਲਾ ਲਏ ਆਪਣੇ ਹੋਰ ਡਾਕਟਰ ਜੱਸੀ ਡਾਕਟਰ ਵਗੈਰਾ 1/2 ਘੰਟੇ ਬਾਅਦ ਕਹਿੰਦਾ ਲੜਕੀ ਲੈ ਜਾਓ ਅਤੇ ਮੈਂ ਕਿਹਾ ਕਿੱਥੇ ਦੀਰਾ ਲੈ ਜਾਈਏ ਕਹਿੰਦਾ ਜੀ ਤੁਸੀਂ ਜੱਸੀ ਕੋਲ ਲੈ ਜਾਓ ਅਸੀਂ ਜੱਸੀ ਉਸ ਜਵਾਬ ਦੇ ਗਿਆ ਜੱਸੀ ਕਹਿੰਦਾ ਜੀ ਮੈਂ ਤਾਂ ਨਹੀਂ ਕਰਦਾ ਦਾਖਲ ਵੀ ਇਹਨੇ ਫਿਰ ਵੀ ਮੇਰੇ ਬਿਸਤਰੇ ਮੁੰਡਿਆਂ ਨੂੰ ਚੁਕਾ ਕੇ ਕਾਰ ਸੁੱਟੇ ਅਤੇ ਕਹਿੰਦਾ ਜੱਸੀ ਕੋਲ ਲੈ ਜਾਓ ਜੱਸੀ ਕੋਲ ਗਏ ਜੱਸੀ ਕਹਿੰਦਾ ਜੀ ਗੰਗਾ ਨਗਰ ਲੈ ਜਾਓ ਜੱਸੀ ਨਿਕਲੇ ਆ ਬਾਹਰ ਅਤੇ ਗੁੜੀ ਦੀ ਡੈਥ ਹੋ ਗਈ ਉਹ ਜੀ ਅਣਗਹਿਲੀ ਕਰਕੇ ਇਹਨੇ ਆਪਣੇ ਇੰਜੈਕਸ਼ਨ ਜਿਹੜੇ ਜਿੰਨੇ ਵੀ ਲਾਏ ਨਸ਼ੇ ਦੇ ਲਾਏ ਸਾਡੇ ਕੋਲ ਮੌਜੂਦਾ ਇੰਜੈਕਸ਼ਨ ਪਏ ਨੇ ਜੋ ਬਿੱਲ ਵਗੈਰਾ ਪਏ ਆ ਕੋਈ ਉਹਦੇ ਅਲਟਰਾਸਾਊਂਡ ਕਰਾਇਆ ਕੋਈ ਡਿਫੈਕਟ ਨਹੀਂ ਆਇਆ ਬਾਥਰੂਮ ਚੈੱਕ ਕਰਾਇਆ ਨਹੀਂ ਇਹ ਮੌਜੂਦਾ ਇਹਦੇ ਗੁਪਤੇ ਦੀ ਗਲਤੀ ਦੋਨੇ ਪਿਓ ਪੁੱਤਰਾਂ ਦੀ ਗੁਪਤਾ ਡਾਕਟਰ ਗੁਪਤਾ ਜੀ ਰਕੇਸ਼ ਗੁਪਤਾ ਮੇਰਾ ਰਕੇਸ਼ ਗੁਪਤਾ ਕਹਿੰਦਾ ਜੀ ਮੇਰਾ ਦੋਨੇ ਉਹਦਾ ਲੜਕਾ ਤਾਂ ਦੋਨੇ ਹੀ ਸੀ ਮਨ ਸਰ ਇਨਸਾਫ ਚਾਹੀਦਾ ਜੀ ਗੁੜੀਆ ਮੇਰੀ 22 ਸਾਲ ਦੀ ਗੁੜੀ ਜੈਨਮ ਦਾ ਕੋਰਸ ਕੀਤਾ ਨਹੀਂ ਅਸੀਂ ਤਾਂ ਬਰਬਾਦ ਕਰਤਾ ਸੰਤਾਂ ਨੇ 2 ਬੱਚੇ ਸੀ ਮੇਰੇ ਤੁਹਾਨੂੰ ਦੱਸ ਦਈਏ ਕਿ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੇ ਪੁਲਿਸ ਵਾਲੇ ਦੀ ਧੀ ਦੇ ਨਸ਼ੇ ਦਾ ਟੀਕਾ ਲਗਾਉਣ ਦੇ ਇਲਜ਼ਾਮ ਲੱਗੇ ਨੇ ਤੇ ਜਿਸ ਤੋਂ ਬਾਅਦ ਉਸ 22 ਸਾਲਾ ਕੁੜੀ ਨਾਲ ਜੋ ਹੋਇਆ ਉਸਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਦੂਸਰੇ ਪਾਸੇ ਪੁਲਿਸ ਮਹਿਕਮੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਹ ਲੜਕੀ ਸਾਡੇ ਜੀ ਰਮੇਸ਼ ਮਸੀਹ ਹੈਗਾ ਮੁਲਾਜ਼ਮ ਉਹਦੀ ਲੜਕੀ ਸਰ 53 ਪੂਜਾ ਉਹਦੀ ਉਮਰ ਕਰੀਬ ਹੈਗੀ 22 ਸਾਲ ਉਹ ਬਿਮਾਰ ਸੀ ਡਾਕਟਰ ਦੇ ਨਰਸਿੰਗ ਹੋਮ ਸੀ ਗੁਪਤਾ ਉੱਥੇ ਦਾਖਲ ਸੀ ਉੱਥੋਂ ਦੀ ਡੈਥ ਹੋ ਗਈ ਆ ਇਹਨਾਂ ਨੇ ਕਾਰਵਾਈ ਬਾਰੇ ਸਾਨੂੰ ਕਿਹਾ ਸੀ ਅਸੀਂ ਕਾਰਵਾਈ 304 ਦਾ ਪਰਚਾ ਦਰਜ ਕਰਤਾ ਜੀ ਡਾਕਟਰ ਸਾਹਿਬ ਦੇ ਖਿਲਾਫ ਮਾਮਲਾ ਪੋਸਟਮਾਰਟਮ ਹੋ ਗਿਆ ਬਾਅਦ 'ਚ ਪਤਾ ਲੱਗੂ ਇਹ ਕਹਿੰਦੇ ਵੀ ਕੋਈ ਦਵਾਈ ਦੇ ਵਿੱਚ ਕੋਈ ਚੀਜ਼ ਦਿੱਤੀ ਆ ਇਹਨਾਂ ਦਾ ਬਲੇਮ ਲਾਇਆ ਲਾਪਰਵਾਹੀ ਡਾਕਟਰ ਦੀ ਆ ਡਾਕਟਰ ਦੀ ਲਾਪਰਵਾਹੀ ਪੋਸਟਮਾਰਟਮ ਪਤਾ ਲੱਗੂਗਾ ਵੀ ਕੀ ਲਾਪਰਵਾਹੀ ਦਾ ਰਿਪੋਰਟ ਆਉਣ ਤੋਂ ਜੀ ਬਾਹਰ ਸੀ ਕਹਿੰਦੇ ਬਿਮਾਰ ਕਰਨ ਕਰਕੇ ਐਡਮਿਟ ਕਰਾਈ ਹੋਸਪਿਟਲ ਇਹ ਪਰਸੋਂ ਕੋਈ 3-4 ਵਜੇ ਦੀ ਗੱਲ ਹੈਗੀ ਇਹ 28 ਤਰੀਕ ਨੂੰ 3-4 ਵਜੇ ਤੜਕੇ ਜੀ ਲੜਕੀ ਦਾ ਨਾਂ ਸੀ 53 ਪੂਜਾ ਡਾਕਟਰ ਹੋ ਗਈ ਰਮੇਸ਼ ਮਸੀਹ ਗੁਪਤਾ ਨਰਸਿੰਗ ਉਹਦੇ ਉੱਤੇ ਦਾਖਲ ਸੀ ਸ਼ਹਿਰ ਦੀ ਫਾਇਦਾ ਕਰਦੇ ਜਦੋਂ ਰੱਬ ਦਾ ਦੂਜਾ ਰੂਪ ਕਹਿਣ ਵਾਲੇ ਡਾਕਟਰ ਹੀ ਅਜਿਹੀਆਂ ਹਰਕਤਾਂ ਦੇ ਉੱਤਰ ਆਉਣ ਅਤੇ ਨਸ਼ੇ ਵਿੱਚ ਆਪਣੇ ਮਰੀਜ਼ਾਂ ਦੇ ਨਸ਼ੇ ਦੇ ਟੀਕੇ ਲਗਾਉਣ ਲੱਗ ਜਾਣ ਤਾਂ ਹੋਰ ਕਿਸੇ ਤੋਂ ਉਮੀਦ ਹੀ ਕੀ ਕੀਤੀ ਜਾ ਸਕਦੀ ਹੈ ਤਾਂ ਅਜਿਹੀਆਂ ਹੈਵਾਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਿਊਰੋ ਰਿਪੋਰਟ ਪੰਜਾਬੀਅਤ ਟੀਵੀ